ਮੇਰੀ ਖੇਤੀ ਮੇਰਾ ਕਿਸਾਨ YouTube ਚੈਨਲ ਦੇਖ ਰਹੇ ਕਿਸਾਨ ਸਾਥੀਆਂ ਨੂੰ ਕੁਲਦੀਪ ਸਿੰਘ ਸ਼ੇਰਗਿੱਲ ਨੂੰ ਸਤਿ ਸ਼੍ਰੀ ਅਕਾਲ। ਸਾਥੀਓ, ਇਸ ਵੀਡੀਓ ਦੇ ਵਿੱਚ ਗਰਮੀ ਰੁੱਤ ਦੀ ਮੂੰਗੀ ਦੀ ਫਸਲ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜਿਨ੍ਹਾਂ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਲਾਲ ਬਟਨ ਨੱਪ ਕੇ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਵਾਲਾ ਬਟਨ ਜ਼ਰੂਰ ਨੱਪ ਲਓ ਤਾਂ ਕਿ ਲੇਟੈਸਟ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਕਿਸਾਨ ਵੀਰੋ, ਜੇਕਰ ਸਭ ਤੋਂ ਪਹਿਲਾਂ ਟਾਈਮ ਦੀ ਗੱਲ ਕਰੀਏ ਤਾਂ ਗਰਮੀ ਰੁੱਤ ਦੀ ਜਿਹੜੀ ਮੂੰਗੀ ਹੁੰਦੀ ਹੈ ਇਹਦਾ ਟਾਈਮ 20 ਮਾਰਚ ਤੋਂ ਲੈ ਕੇ 10 ਅਪ੍ਰੈਲ ਤੱਕ ਹੈ। ਮਤਲਬ ਕਿ ਜਿਹੜੇ ਕਿਸਾਨ ਵੀਰਾਂ ਨੇ ਆਲੂ ਪੱਟੇ ਸੀਗੇ ਉਹਨਾਂ ਨੇ ਤਾਂ ਮੂੰਗੀ ਬੀਜ ਲਈ, ਬਹੁਤ ਵਧੀਆ। ਅਤੇ ਜਿਹੜੇ ਕਿਸਾਨ ਵੀਰ ਕਣਕ ਵੱਢ ਕੇ ਲਾ ਰਹੇ ਹੈ ਉਹਨਾਂ ਵਾਸਤੇ 10 ਅਪ੍ਰੈਲ ਤੱਕ ਦਾ ਟਾਈਮ ਹੈ। ਮੈਂ ਅੱਗੇ ਵਧਾਂ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਸ ਸਾਲ ਕਣਕ ਦੀ ਕਟਾਈ ਲੇਟ ਹੋ ਰਹੀ ਹੈ, ਜਿਹਦੇ ਕਰਕੇ ਮੂੰਗੀ ਦੀ ਜਿਹੜੀ ਬਿਜਾਈ ਹੈਗੀ ਹੈ ਉਹ ਵੀ ਪਛੜ ਜਾਣੀ ਹੈ, ਸੰਭਾਵਨਾ ਨਹੀਂ ਪਛੜ ਜਾਏਗੀ। ਅਤੇ ਕਿਉਂਕਿ ਮੂੰਗੀ ਦੀਆਂ ਜਿਹੜੀਆਂ ਵਰਾਇਟੀਆਂ ਉਹ 60 ਦਿਨ ਲੈਂਦੀਆਂ ਪੱਕਣ ਦੇ ਵਿੱਚ, ਇਸ ਕਰਕੇ ਜੇਕਰ ਤੁਸੀਂ 20 ਅਪ੍ਰੈਲ ਨੂੰ ਮੂੰਗੀ ਦੀ ਫਸਲ ਬੀਜਦੇ ਹੋ ਤਾਂ 20 ਮਈ ਅਤੇ 20 ਜੂਨ 20 ਤੋਂ ਲੈ ਕੇ 25 ਜੂਨ ਦੇ ਵਿਚਾਲੇ ਤੁਹਾਡੀ ਫਸਲ ਕੱਟੀ ਜਾਣੀ ਹੈ, ਜਿਸ ਟਾਈਮ 'ਤੇ ਬਾਰਿਸ਼ਾਂ ਆਉਣ ਦੀ ਸੰਭਾਵਨਾ ਹੁੰਦੀ ਹੈ। ਪ੍ਰੀ ਮਾਨਸੂਨ ਬਾਰਿਸ਼ ਵੀ ਜਿਹੜੀ ਹੈਗੀ ਹੈ ਜੂਨ ਦੇ ਸ਼ੁਰੂ ਦੇ ਵਿੱਚ ਪੈਣੀਆਂ ਸ਼ੁਰੂ ਹੋ ਜਾਂਦੀਆਂ। ਇਸ ਕਰਕੇ ਜੇਕਰ ਕੋਈ ਕਿਸਾਨ ਵੀਰ ਮੂੰਗੀ ਦੀ ਖੇਤੀ ਕਣਕ ਵੱਢਣ ਤੋਂ ਬਾਅਦ ਕਰਨੀ ਚਾਹੁੰਦਾ ਤਾਂ ਇਸ ਚੀਜ਼ ਨੂੰ ਧਿਆਨ ਰੱਖੇ ਕਿ ਵੀ ਅਖੀਰ 'ਤੇ ਜਾ ਕੇ ਬਾਰਿਸ਼ ਦੇ ਨਾਲ ਫਸਲ ਖਰਾਬ ਵੀ ਹੋ ਸਕਦੀ ਹੈ। ਸਭ ਤੋਂ ਪਹਿਲਾਂ ਵਰਾਇਟੀ ਦੀ ਗੱਲ ਕਰਦਾ, ਪਹਿਲੀ ਵਰਾਇਟੀ ਹੈਗੀ ਹੈ TMB 37, ਜਿਹਦਾ ਝਾੜ 4.9 ਕੁਇੰਟਲ ਹੈ, ਟਾਈਮ 60 ਦਿਨ ਲੈਂਦੀ ਹੈ, 1 ਕਿੱਲੇ ਦੇ ਵਿੱਚ 12 ਕਿਲੋ ਬੀਜ ਪੈਂਦਾ ਹੈ। ਬੂਟੇ ਖੜਵੇਂ ਹੁੰਦੇ ਆ, ਛੋਟੇ ਕੱਦ ਦੇ ਹੁੰਦੇ ਆ, ਦਾਣੇ ਚਮਕੀਲੇ ਰੰਗ ਦੇ ਹੁੰਦੇ ਆ। ਇਸ ਤੋਂ ਘੱਟ ਝਾੜ ਵਾਲੀ ਵਰਾਇਟੀ ਹੈਗੀ ਹੈ SML 832, ਜਿਹੜਾ ਝਾੜ 4.6 ਕੁਇੰਟਲ ਹੈ, ਟਾਈਮ 61 ਦਿਨ ਲੈਂਦੀ ਹੈ, ਸੀਡ ਉਹੀ 12 ਕਿਲੋ ਕਿੱਲੇ ਦਾ ਪੈਂਦਾ, ਦਾਣੇ ਚਮਕੀਲੇ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਆ। ਤੀਜੀ ਵਰਾਇਟੀ ਜਿਹੜੀ ਹੈਗੀ ਹੈ SML 668 ਹੈ, ਜਿਹਦਾ ਝਾੜ ਜਿਹੜਾ ਹੈਗਾ 832 ਦੇ ਨਾਲੋਂ ਥੋੜ੍ਹਾ ਜਿਹਾ ਘੱਟ, ਮਤਲਬ ਕਿ 4.5 ਕੁਇੰਟਲ ਝਾੜ ਹੁੰਦਾ ਕਿੱਲੇ ਦਾ, ਟਾਈਮ 60 ਦਿਨ ਲੈਂਦੀ ਹੈ, ਇਹਦਾ ਬੀਜ ਦੀ ਮਾਤਰਾ ਥੋੜ੍ਹੀ ਜਿਹੀ ਵੱਧ ਪੈਂਦੀ ਹੈ, 15 ਕਿਲੋਗ੍ਰਾਮ ਪ੍ਰਤੀ ਕਿੱਲਾ ਸੀਡ ਵਰਤਿਆ ਜਾਂਦਾ ਹੈ। ਬੂਟੇ ਖੜਵੇਂ ਹੁੰਦੇ ਆ, ਛੋਟੇ ਕੱਦ ਦੇ ਹੁੰਦੇ ਆ, ਸਥਿਰ ਗਰੋਥ ਵਾਲੇ ਹੁੰਦੇ ਆ, ਫਲੀਆਂ ਗੁੱਛੀਆਂ 'ਚ ਲੱਗਦੀਆਂ, ਦਾਣੇ ਮੋਟੇ ਹੁੰਦੇ ਆ, ਅਤੇ ਵਰਾਇਟੀ ਇਹ ਵੀ ਜਿਹੜੀ ਹੈਗੀ ਹੈ ਬਹੁਤ ਵਧੀਆ। ਇਸ ਤੋਂ ਅੱਗੇ ਗੱਲ ਕਰਦੇ ਹਾਂ ਖਾਦਾਂ ਦੀ। ਆਲੂ ਵਾਲੇ ਵੀਰ ਤਾਂ ਵੀ ਚੁੱਕੇ ਹੈ, ਹੁਣ ਕਣਕ ਵਾਲੇ ਵੀਰਾਂ ਦੀ ਗੱਲ ਹੈ ਇਕੱਲੀ। ਕਣਕ ਵਾਲੇ ਨੂੰ, ਸਾਥੀਆਂ ਨੂੰ ਬੇਨਤੀ ਹੈ ਕਿ ਕੇਵਲ 11 ਕਿਲੋਗ੍ਰਾਮ ਯੂਰੀਆ ਅਤੇ 100 ਕਿਲੋਗ੍ਰਾਮ ਸੁਪਰ ਅਸੀਂ ਜਿਹੜੀ ਹੈਗੀ ਹੈ ਮੂੰਗੀ ਨੂੰ ਵੱਧ ਤੋਂ ਵੱਧ ਅਸੀਂ ਪਾ ਸਕਦੇ ਹਾਂ। ਜੇਕਰ ਕਣਕ ਨੂੰ ਡਾਇਆ ਪੂਰੀ ਪਾਈ ਹੈ ਤਾਂ ਤੁਸੀਂ ਸੁਪਰ ਨਾ ਵੀ ਪਾਓਗੇ ਤਾਂ ਕੰਮ ਚੱਲ ਜਾਏਗਾ, ਲੇਕਿਨ ਪਾਓ ਕਿਉਂਕਿ ਅੱਗੇ ਆਪਾਂ ਝੋਨਾ ਵੀ ਲੈਣਾ ਹੈ, ਤਾਂ 100 ਕਿਲੋਗ੍ਰਾਮ ਸੁਪਰ ਤੁਸੀਂ ਇੱਥੇ ਜਿਹੜਾ ਹੈਗਾ ਇਸ ਨੂੰ ਪਾ ਸਕਦੇ ਹੋ। ਇਹ ਸਾਰੀਆਂ ਖਾਦਾਂ ਸ਼ੁਰੂਆਤੀ ਟਾਈਮ 'ਚ ਬੀਜਣ ਲੱਗਿਆਂ ਹੀ ਡਰਿੱਲ ਕਰ ਦੇਣੀਆਂ, ਖਾਦਾਂ ਨੂੰ ਮੂੰਗੀ ਦੀ ਬਿਜਾਈ ਦੇ ਸਮੇਂ ਹੀ ਡਰਿੱਲ ਕਰ ਦੇਣਾ। ਹੁਣ ਇਸ ਤੋਂ ਅੱਗੇ ਗੱਲ ਆਉਂਦੀ ਹੈ ਨਦੀਨਾਂ ਦਾ ਰੋਕਥਾਮ। ਇਹਨਾਂ ਦਿਨਾਂ ਦੇ ਵਿੱਚ 68 ਅਤੇ ਹੋਰ ਕਈ ਨਦੀਨ ਹੁੰਦੇ ਹੈ, ਜਿਹਦੇ ਵਾਸਤੇ ਅਸੀਂ ਸਾਡੇ ਕੋਲ ਜੋ ਪੁਰਾਣੀ ਇੱਕੋ ਨਦੀਨ ਨਾਸ਼ਕ ਹੈਗੀ ਹੈ ਪੈਂਡੀਮੈਥਾਲੀਨ, ਉਹਦਾ ਜਿਹੜਾ ਸਪਰੇਅ ਹੈਗਾ ਮੂੰਗੀ ਬੀਜਣ ਤੋਂ 48 ਤੋਂ 72 ਘੰਟੇ ਦੇ ਵਿੱਚ ਖੇਤ ਦੇ ਵਿੱਚ ਸਪਰੇਅ ਕਰ ਦੇਣਾ। ਨਮੀ ਪੂਰੀ ਹੋਣੀ ਚਾਹੀਦੀ ਹੈ, ਸ਼ਾਮ ਦੇ ਟਾਈਮ 'ਤੇ ਸਪਰੇਅ ਕਰਨਾ ਤਾਂ ਨਦੀਨਾਂ ਦੀ ਰੋਕਥਾਮ ਜਿਹੜੀ ਹੈਗੀ ਹੈ ਵਧੀਆ ਤਰੀਕੇ ਨਾਲ ਹੋ ਸਕਦੀ ਹੈ। ਜੇਕਰ ਤੁਸੀਂ ਗੋਡੀ ਕਰ ਸਕਦੇ ਹੋ ਤਾਂ, ਜੇ 2 ਗੋਡੀਆਂ ਮੂੰਗੀ ਨੂੰ ਕਰਦੇ ਹੋ ਤਾਂ ਬਹੁਤ ਵਧੀਆ ਹੁੰਦੀਆਂ। ਜੇ ਗੱਲ ਕਰਾਂ ਪਾਣੀ ਦੀ ਤਾਂ ਮੂੰਗੀ ਨੂੰ ਪਹਿਲਾ ਦਿਨ ਪਾਣੀ ਜਿਹੜਾ ਹੈਗਾ ਜਿੰਨਾ ਲੇਟ ਹੋ ਸਕਦਾ ਕਰੋ, ਪਹਿਲਾ ਪਾਣੀ 25 ਦਿਨ ਤੋਂ ਛੋਟੀ ਮੂੰਗੀ ਨੂੰ ਨਾ ਲਾਓ, ਜਿਹਦੇ ਨਾਲ ਬੂਟੇ ਸੁੱਕਣ ਦੀ ਸਮੱਸਿਆ ਆਵੇਗੀ। ਅਤੇ ਅਖੀਰਲਾ ਪਾਣੀ ਜਿਹੜਾ ਹੈਗਾ ਬਿਜਾਈ ਤੋਂ 55 ਦਿਨ ਬਾਅਦ ਬੰਦ ਕਰ ਦਿਓ, ਅਤੇ ਟੋਟਲ 3 ਤੋਂ 5 ਪਾਣੀ ਜਿਹੜਾ ਹੈਗਾ ਮੂੰਗੀ ਨੂੰ ਦੇਣੇ ਪੈਂਦੇ ਹੈ। ਬਿਮਾਰੀ ਇਹਨੂੰ ਇੱਕੋ ਹੀ ਵੱਡੀ ਬਿਮਾਰੀ ਲੱਗਦੀ ਹੈ ਜਿਹਨੂੰ ਚਿਤਕਬਰਾ ਰੋਗ ਕਹਿੰਦੇ ਹੈ, ਪੀਲੇ ਜਿਹੇ ਪੱਤੇ ਹੋ ਜਾਂਦੇ ਹੈ, ਬੀ ਰਾਹੀਂ ਫੈਲਦੀ ਹੈ, ਵਾਇਰਸ ਵਾਲੀ ਬਿਮਾਰੀ ਹੈ, ਇੱਕ ਬੂਟੇ ਨੂੰ ਆ ਜਾਂਦੀ ਹੈ, ਉਸ ਤੋਂ ਬਾਅਦ ਦੇ ਵਿੱਚ ਚਿੱਟੀ ਮੱਖੀ ਜਾਂ ਰਸ ਚੂਸੇ ਕੀੜਿਆਂ ਦੇ ਨਾਲ ਇੱਕ ਬੂਟੇ ਤੋਂ ਦੂਜੇ ਬੂਟੇ ਨੂੰ ਫੈਲਦੀ ਹੈ, ਇਹਦਾ ਕੰਟਰੋਲ ਕੋਈ ਨਹੀਂ ਹੈਗਾ। ਜਿਹੜੇ ਬੂਟਿਆਂ ਨੂੰ ਇਹ ਬਿਮਾਰੀ ਹੋ ਜਾਂਦੀ ਹੈ ਉਹ ਪੀਲੇ ਹੋ ਜਾਂਦੇ ਹੈ,
ਅਤੇ ਫਲੀਆਂ ਵੀ ਘੱਟ ਲੱਗਦੀਆਂ, ਜੇ ਲੱਗਦੀਆਂ ਤਾਂ ਪੀਲੀਆਂ ਲੱਗਦੀਆਂ। ਇਹੋ ਜਿਹੇ ਬੂਟੇ ਜਿਹੜਾ ਹੈਗਾ ਜਦੋਂ ਬਿਮਾਰੀ ਦਿਖੇ ਉਦੋਂ ਹੀ ਉਹਨਾਂ ਨੂੰ ਪੱਟ ਕੇ ਨੱਪ ਦਿਓ ਅਤੇ ਰਸ ਚੂਸੇ ਕੀੜਿਆਂ ਨੂੰ ਕੰਟਰੋਲ ਕਰਨ ਵਾਲੀਆਂ ਸਪਰੇਆਂ ਕਰੋ। ਇਸ ਤੋਂ ਬਿਨਾਂ ਇੱਕ ਥ੍ਰਿਪ ਆਉਂਦਾ, ਇਹ ਛੋਟਾ ਜਿਹਾ ਕੀੜਾ ਹੁੰਦਾ ਜਿਹੜਾ ਗੂੜਾ ਹਰਾ ਜਾਂ ਭੂਰੇ ਰੰਗ ਦਾ ਕੀੜਾ ਹੁੰਦਾ। ਇਹ ਜਿਸ ਬੂਟੇ ਦੇ ਉੱਪਰ ਇਹ ਲੱਗ ਜਾਂਦਾ, ਫੁੱਲ ਖਿੜਨ ਤੋਂ ਪਹਿਲਾਂ ਹੀ ਸਾਰੇ ਝੜ ਜਾਂਦੇ ਆ, ਫਲੀਆਂ ਬਹੁਤ ਘੱਟ ਪੈਂਦੀਆਂ, ਝਾੜ ਘੱਟ ਜਾਂਦਾ। ਤਾਂ ਥ੍ਰਿਪਸ ਦੇ ਲਈ ਵੀ ਤੁਸੀਂ ਜਿਹੜਾ ਹੈਗਾ ਰਸ ਚੂਸੇ ਕੀੜਿਆਂ ਨੂੰ ਕੰਟਰੋਲ ਕਰਨ ਵਾਲੀ ਕੋਈ ਦਵਾਈ ਛਿੜਕੋਗੇ। ਨਿੱਕੀ ਮੂੰਗੀ ਨੂੰ ਤੰਬਾਕੂ ਵਾਲੀ ਸੁੰਡੀ ਆਉਂਦੀ ਹੈ, ਜਿਹੜੀਆਂ ਕਾਲੇ ਰੰਗ ਦੀਆਂ ਸੁੰਡੀਆਂ ਹੁੰਦੀਆਂ, ਛੋਟੀਆਂ ਸੁੰਡੀਆਂ, ਨਿੱਕੀਆਂ ਨਿੱਕੀਆਂ ਹਰੇ ਰੰਗ ਦੀਆਂ ਸੁੰਡੀਆਂ ਹੁੰਦੀਆਂ, ਮਾਫ਼ ਕਰਨਾ, ਨਿੱਕੀਆਂ ਦਾ ਰੰਗ ਕਾਲਾ ਹੁੰਦਾ ਅਤੇ ਵੱਡੀਆਂ ਹੋਣ 'ਤੇ ਗੂੜਾ ਹਰਾ ਹੋ ਜਾਂਦਾ, ਉੱਤੇ ਕਾਲੇ ਧੱਬੇ ਹੁੰਦੇ ਆ ਅਤੇ ਪੱਤਿਆਂ ਦੇ ਉੱਪਰ ਗਰੁੱਪ ਦੇ ਵਿੱਚ ਆਉਂਦੀਆਂ ਨੇ, ਪੱਤਿਆਂ ਨੂੰ ਪੂਰਾ ਛਾਨਣੀ ਛਾਨਣੀ ਕਰ ਦਿੰਦੀਆਂ ਇਹ। ਤਾਂ ਇਹ ਸੁੰਡੀ ਦੇ ਕੰਟਰੋਲ ਵਾਸਤੇ ਤੁਹਾਡੇ ਕੋਲ ਲੰਮਾ ਟਾਈਮ ਅਸਰ ਰੱਖਣ ਵਾਲੀਆਂ ਦਵਾਈਆਂ ਹੈਗੀਆਂ, ਉਹਨਾਂ 'ਚ ਕੋਈ ਇੱਕ ਮਰਜ਼ੀ ਛਿੜਕ ਲਓ। ਜਾਂ ਫਿਰ ਜਿਹੜਾ ਹੈਗਾ ਤਣਾ ਛੇਦਕ ਸੁੰਡੀ ਆਉਂਦੀ ਹੈ, ਇਹ ਸੁੰਡੀ ਜਿਹੜੀ ਹੈਗੀ ਹੈ ਫਲ ਨੂੰ ਖਾਂਦੀ ਹੈ, ਫੁੱਲ ਨੂੰ ਖਾਂਦੀ ਹੈ ਅਤੇ ਫਲੀਆਂ 'ਚ ਖਾਲੀ ਕਰ ਦਿੰਦੀ ਹੈ। ਇਹਦਾ ਰੰਗ ਹਰਾ ਪੀਲਾ ਭੂਰਾ ਹੋ ਸਕਦਾ। ਇਹਦੇ ਸਰੀਰ ਦੇ ਉੱਪਰ ਜਿਹੜਾ ਹੈਗਾ ਧਾਰੀਆਂ ਹੁੰਦੀਆਂ, ਤਾਂ ਇਹਨਾਂ ਨੂੰ ਵੀ ਤੁਸੀਂ ਜਿਹੜਾ ਹੈਗਾ ਲੰਮਾ ਟਾਈਮ ਰੱਖਣ ਵਾਲੀਆਂ ਦਵਾਈਆਂ ਦੇ ਵਿੱਚੋਂ ਕਿਸੇ ਇੱਕ ਦਵਾਈ ਦੇ ਨਾਲ ਕੰਟਰੋਲ ਕਰ ਸਕਦੇ ਹੋ। ਦੋਸਤੋ, ਜਿਹੜੇ ਕਿਸਾਨ ਵੀਰਾਂ ਨੇ ਹੁਣ ਮੂੰਗੀ ਬੀਜੀ ਹੈ, ਉਹਨਾਂ ਦੇ ਵਿੱਚ ਇੱਕ ਬੂਟਾ ਸੁੱਕਣ ਦੀ ਦਿੱਕਤ ਆ ਰਹੀ ਹੈ, ਉਸ ਦੇ ਵਿੱਚ ਜੇ ਬੂਟੇ ਨੂੰ ਦੇਖਦੇ ਹਾਂ ਤਾਂ ਉਹਦੇ ਤਣੇ ਦੇ ਵਿੱਚ ਇੱਕ ਸੁੰਡੀ ਹੈ। ਜੇਕਰ ਇਹ ਦਿੱਕਤ ਖੇਤ ਦੇ ਵਿੱਚ ਆ ਰਹੀ ਹੈ ਤਾਂ ਤੁਸੀਂ 1,400 ਗ੍ਰਾਮ ਦੇ ਨਾਲ ਇਸ ਨੂੰ ਠੀਕ ਕਰ ਸਕਦੇ ਹੋ। ਕਈ ਵਾਰੀ ਮੂੰਗੀ ਨੂੰ ਜਲਦੀ ਪਾਣੀ ਲੱਗਣ ਦੇ ਨਾਲ ਇਹਦਾ ਤਣਾ ਗਲਣ ਦੀ ਬਿਮਾਰੀ ਵੀ ਆ ਜਾਂਦੀ ਹੈ। ਜੇਕਰ ਉਹ ਬਿਮਾਰੀ ਇਹਦੇ ਵਿੱਚ ਆ ਗਈ ਹੈ ਤਾਂ ਫਿਰ ਤੁਸੀਂ ਜਿਹੜਾ ਹੈਗਾ ਕਾਰਬਨਡਿਜ਼ਮ ਜਾਂ ਜਿਹੜਾ ਹੈਗਾ 12-3 ਮੈਨਕੋਜ਼ੇਵ ਕਾਰਬਨਡਿਜ਼ਮ, ਉਹਦਾ 3 ਕਿੱਲਿਆਂ 'ਤੇ ਕਿਲੋ ਦਾ ਸਪਰੇਅ ਜਿਹੜਾ ਹੈਗਾ ਜੜ੍ਹਾਂ ਵਾਲੇ ਪਾਸੇ ਨੂੰ ਕਰਕੇ ਕਰਨਾ ਹੈ, ਅਤੇ ਉਹਦੇ ਨਾਲ ਤੁਹਾਡਾ ਜਿਹੜਾ ਹੈਗਾ ਇਹ ਕਾਫੀ ਹੱਦ ਤੱਕ ਕੰਟਰੋਲ। ਦੋਸਤੋ, ਮੂੰਗੀ ਦਾ ਬੀਜ ਜਿਹੜਾ ਹੈਗਾ ਕਾਰਬਨਡਿਜ਼ਮ ਜਾਂ ਥੀਰਮ ਜਾਂ ਕੈਪਟਨ 2 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਦੇ ਨਾਲ ਸੋਧ ਕੇ ਜ਼ਰੂਰ ਬੀਜੋ, ਜਿਸ ਦੇ ਨਾਲ ਜਿਹੜਾ ਹੈਗਾ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ। ਠੀਕ ਹੈ ਕਿ ਇਸ ਸਾਲ ਜਿਹੜਾ ਹੈਗਾ ਕਣਕ ਦਾ ਸੀਜ਼ਨ ਲੇਟ ਹੋ ਗਿਆ, ਜਿਹਦੇ ਕਰਕੇ ਹੋ ਸਕਦਾ ਕਿ ਮੂੰਗੀ ਉਹ ਪੈਦਾਵਾਰ ਨਾ ਦੇਵੇ, ਕਿਉਂਕਿ ਲਾਸਟ 'ਚ ਜਾ ਕੇ ਬਾਰਿਸ਼ ਹੋ ਜਾਣੀ ਹੈ ਅਤੇ ਜਿਹੜੇ ਨੀਵੇਂ ਥਾਂ ਉਹ ਜ਼ਰੂਰ ਖਰਾਬ ਹੋਣ ਦੀ ਸੰਭਾਵਨਾ ਬਣੀ ਰਹੂਗੀ। ਤਾਂ ਜੇਕਰ ਫਸਲ ਨਹੀਂ ਵੀ ਹੋਏਗੀ ਤਾਂ ਖੇਤ ਵਾਸਤੇ ਜੈਵਿਕ ਮੱਧ ਹੈਗਾ ਬਹੁਤ ਵਧਾਉਂਦੀ ਹੈ, ਜ਼ਮੀਨ ਦੇ ਵਿੱਚ ਨਾਈਟ੍ਰੋਜਨ ਫਿਕਸ ਕਰਦੀ ਹੈ, ਤਾਂ ਫਸਲ ਮਾੜੀ ਨਹੀਂ ਹੈਗੀ, ਚੰਗੀ ਹੈ। ਤਾਂ ਇਹਨੂੰ ਅਸੀਂ ਜਿਹੜਾ ਹੈਗਾ ਖੇਤੀ ਕਰ ਸਕਦੇ ਹਾਂ, ਜਿਹਦੇ ਨਾਲ ਸਾਡੀ ਜ਼ਮੀਨ ਦੀ ਭੌਤਿਕ ਹਾਲਤ ਸੁਧਰਦੀ ਹੈ। ਇਹ ਮੈਂ ਕੁਛ ਵਿੱਚ ਵੀਡੀਓ ਦੇ ਵਿੱਚ ਇੱਕ ਇਹ ਸਕਰੀਨ ਮਿਰਰਿੰਗ ਚੱਲ ਰਹੀ ਸੀਗੀ, ਇਹਦੇ ਵਿੱਚ ਜੇਕਰ ਤੁਸੀਂ ਨਾਲ ਦੀ ਨਾਲ ਪੜ੍ਹਦੇ ਰਹੇ ਹੋਵੋਗੇ ਤਾਂ ਕੁਛ ਕੀੜਿਆਂ ਦੇ ਬਾਰੇ ਵਿੱਚ ਦੱਸਿਆ ਗਿਆ ਸੀਗਾ, ਜਿਹੜੇ ਕੀੜਿਆਂ ਦੀ ਪਹਿਚਾਣ ਕੀ ਹੈ, ਕਿਸ ਤਰੀਕੇ ਨਾਲ ਹਮਲਾ ਕਰਦੇ ਹੈ। ਦੋਸਤੋ, ਮੂੰਗੀ ਦੀ ਇੱਕ ਇਹੋ ਜਿਹੀ ਫਸਲ ਹੈ ਕਿ ਇਹਦੇ ਵਿੱਚ ਤੁਹਾਨੂੰ ਕੋਈ ਬਹੁਤੀਆਂ ਸਪਰੇਆਂ ਕਰਨ ਦੀ ਲੋੜ ਨਹੀਂ ਪੈਂਦੀ। ਆਪਣੇ ਕੋਲ ਠੀਕ ਹੈ ਕਿ ਕੁਛ ਦਵਾਈਆਂ ਆਉਂਦੀਆਂ, ਜੇਕਰ ਸੁੰਡੀ ਆਏਗੀ ਤਾਂ ਉਹਦੇ ਉੱਤੇ ਲੰਮਾ ਟਾਈਮ ਕੰਟਰੋਲ ਕਰਨ ਵਾਲੀਆਂ ਸਪਰੇਆਂ ਹੈਗੀਆਂ, ਉਹਨਾਂ ਸਪਰੇਆਂ ਦੇ ਵਿੱਚੋਂ ਕੋਈ ਇੱਕ ਸਪਰੇਅ ਕਰਕੇ ਤੁਸੀਂ ਜਿਹੜਾ ਹੈਗਾ ਇਹਨਾਂ ਸੁੰਡੀਆਂ ਦਾ ਕੰਟਰੋਲ ਕਰ ਸਕਦੇ ਹੋ। ਕੁਛ ਜਗ੍ਹਾ ਗੇਤੀਆਂ ਮੂੰਗੀਆਂ 'ਤੇ ਰਸ ਚੂਸੇ ਕੀੜਿਆਂ ਦਾ ਹਮਲਾ ਹੈਗਾ, ਜਾਂ ਜਦੋਂ ਬਾਰਿਸ਼ਾਂ ਆਉਣੀਆਂ ਉਦੋਂ ਹੋਏਗਾ, ਤਾਂ ਰਸ ਚੂਸਿਕ ਦਵਾਈਆਂ ਵਾਸਤੇ ਕੀੜਿਆਂ ਵਾਸਤੇ ਕਈ ਦਵਾਈਆਂ ਹੈਗੀਆਂ, ਉਹਨਾਂ ਦੇ ਵਿੱਚੋਂ ਕੋਈ ਇੱਕ ਦਵਾਈ ਛਿੜਕ ਕੇ ਤੁਸੀਂ ਉਹਨੂੰ ਵੀ ਕੰਟਰੋਲ ਕਰ ਸਕਦੇ ਹੋ। ਇਹ ਮੈਂ ਸ਼ੋਰਟ ਦੇ ਵਿੱਚ ਇਸ ਕਰਕੇ ਦੱਸ ਰਿਹਾ ਕਿਉਂਕਿ ਇਸ ਤੋਂ ਅਗਾਂਹ ਮੈਂ ਇਹਨਾਂ ਚੀਜ਼ਾਂ ਦੇ ਉੱਪਰ ਇੱਕ ਇੱਕ ਟੋਪਿਕ ਦੇ ਉੱਪਰ ਵੀਡੀਓ ਬਣਾਵਾਂਗਾ। ਅਤੇ ਕਿਸਾਨ ਵੀਰੋ, ਅਖੀਰ 'ਤੇ ਬੇਨਤੀ ਇਹੀ ਹੈ ਕਿ ਵੀ ਜੇ ਤਾਂ ਤੁਸੀਂ ਇਸ ਤੋਂ ਚੰਗਾ ਝਾੜ ਲੈਣ ਦੀ ਉਮੀਦ ਕਰਕੇ ਜਿਹੜਾ ਹੈਗਾ ਬੀਜ ਰਹੇ ਹੋ, ਤਾਂ ਉਹਦੇ ਵਿੱਚ ਤੁਸੀਂ ਇਹ ਵੀ ਨਾਲ ਮੰਨ ਕੇ ਚੱਲਣਾ ਕਿ ਥੋੜ੍ਹਾ ਰਿਸਕ ਵੀ ਹੋ ਸਕਦਾ, ਕਿਉਂਕਿ 10 ਅਪ੍ਰੈਲ ਟਾਈਮ ਹੈ ਲਾਸਟ ਡੇਟ, ਅਤੇ ਜੇਕਰ ਅਸੀਂ ਉਹਨੂੰ ਮੰਨ ਕੇ ਚੱਲੀਏ ਤਾਂ 10 ਜੂਨ ਤੱਕ ਜਾ ਕੇ ਉਹ ਫਸਲ ਨੇ ਸਾਡੀ ਨੇ ਪੱਕਣਾ ਹੈ। ਅਤੇ ਜੇਕਰ ਤੁਸੀਂ 10 ਤੋਂ ਲੇਟ ਹੁੰਦੇ ਹੋ ਤਾਂ ਅਖੀਰ 'ਤੇ ਜਾ ਕੇ ਤੁਸੀਂ ਆਪਣੀ ਵਢਾਈ ਦਾ ਟਾਈਮ ਧਿਆਨ 'ਚ ਰੱਖ ਕੇ ਹੀ ਇਸ ਫਸਲ ਦੀ ਕਲਟੀਵੇਸ਼ਨ ਕਰਨੀ ਹੈ। ਜੇਕਰ ਤੁਹਾਨੂੰ ਇਹ ਲੱਗਦਾ ਕਿ ਉਸ ਟਾਈਮ 'ਤੇ ਬਾਰਿਸ਼ ਆ ਜਾਏਗੀ ਜਾਂ ਮੇਰਾ ਖੇਤ ਨੀਵਾਂ ਹੈਗਾ, ਤਾਂ ਤੁਸੀਂ ਉੱਚੇ ਖੇਤਾਂ ਨੂੰ ਚੁਣੋ, ਉੱਚੇ ਖੇਤਾਂ ਦੇ ਵਿੱਚ ਇਹਦੀ ਖੇਤੀ ਕਰੋ।
ਤਾਂ ਤੁਸੀਂ ਫਾਇਦਾ ਲੈ ਸਕਦੇ ਹੋ। ਮੈਂ ਇਹ ਨਹੀਂ ਕਹਿ ਰਿਹਾ ਕਿ ਮੂੰਗੀ ਨਾ ਲਓ ਜੀ ਖੀਰ ਅਤੇ ਬਾਰਿਸ਼ ਆ ਜਾਏਗੀ, ਮੈਂ ਇਹ ਕਹਿ ਰਿਹਾ ਕਿ ਉਹਨਾਂ ਖੇਤਾਂ ਦੇ ਵਿੱਚ ਬੀਜੋ ਜਿਹੜੇ ਖੇਤ ਉੱਚੇ ਹੈ, ਜਿੱਥੇ ਪਾਣੀ ਖੜ੍ਹੇ ਹੋਣ ਦੀ ਸਮੱਸਿਆ ਨਾ ਆਵੇ। ਧੰਨਵਾਦ ਦੋਸਤੋ, ਵੀਡੀਓ ਚੰਗੀ ਲੱਗੇ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਕਿਸਾਨਾਂ ਤੱਕ ਪਹੁੰਚ ਸਕੇ। ਮਿਹਰਬਾਨੀ ਦੋਸਤੋ।